ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਬਹੁਤ ਖਾਸ ਪ੍ਰੋਗਰਾਮ ਕਰਾਂਗੇ ਜਸ਼ਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਖਾਸ 1 ਟੂ 1 ਸੈਮੀਨਾਰ ਚੱਲ ਰਹੇ ਨੇ ਜਿਦੇ ਵਿੱਚ ਸਟੂਡੈਂਟਸ ਜਾ ਕੇ ਲਗਾਤਾਰ ਇਨਫੋਰਮੇਸ਼ਨ ਲੈਂਦੇ ਨੇ ਮੈਨ ਟੇਕ ਦੇ ਲਈ ਜਨਰਲ ਇਨਟੇਕ ਦੇ ਲਈ ਅਗਰ ਰਿਫਿਊਜ਼ਲ ਹੈ ਤੇ ਤੁਸੀਂ ਆਪਣੀ ਰਿਫਿਊਜ਼ਲ ਲੈਟਰ ਲੈ ਕੇ ਪਹੁੰਚੋ ਸਾਰੇ ਡਾਕੂਮੈਂਟਸ ਲੈ ਕੇ ਪਹੁੰਚੋ ਤਾਂ ਕਿ ਤੁਹਾਨੂੰ ਤੁਹਾਡੀ ਰੀਅਲ ਪੋਜੀਸ਼ਨ ਹੈ ਜਿਹੜੀ ਉਹ ਸਮਝ ਆ ਸਕੇ ਔਰ ਤੁਸੀਂ ਜਨਵਰੀ ਔਰ ਮਈਨ ਟੇਕ ਦੇ ਵਿੱਚ ਕਿਹੜੇ ਕਾਲਜ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣੀ ਹੈ ਲਗਾਤਾਰ ਜਿਹੜੇ ਰਿਪਰੈਜ਼ੈਂਟੇਟਿਵਸ ਨੇ ਉਹ ਵੀ ਇਨਾਂ ਸੈਮੀਨਾਰਸ ਦੇ ਵਿੱਚ ਮੌਜੂਦ ਰਹਿੰਦੇ ਨੇ ਸੋ ਸ਼ਨੀਵਾਰ ਔਰ ਐਤਵਾਰ ਨੂੰ ਦੋ ਦਿਨ ਸ਼ਨੀਵਾਰ ਨੂੰ ਸੈਮੀਨਾਰ ਹੈ ਪਟਿਆਲਾ ਔਰ ਐਤਵਾਰ ਨੂੰ ਸੈਮੀਨਾਰ ਹੈ ਹੁਸ਼ਿਆਰਪੁਰ ਸੋ ਦੋਨੇ ਜਗ੍ਹਾ ਤੇ ਤੁਸੀਂ ਇਹਨਾਂ ਸੈਮੀਨਾਰਸ ਦਾ ਹਿੱਸਾ ਬਣ ਸਕਦੇ ਹੋ ਜਸਮੀਤ ਜੀ ਸਾਡੇ ਨਾਲ ਨੇ ਜ਼ਿਆਦਾ ਜਾਣਕਾਰੀ ਜਸਮੀਤ ਜੀ ਤੋਂ ਲੈਣੀ ਆ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਸਮੀਤ ਜੀ ਪਹਿਲਾਂ ਤਾਂ ਪਟਿਆਲੇ ਵਾਲੇ ਸੈਮੀਨਾਰ ਬਾਰੇ ਦੱਸੋ ਔਰ ਹੁਸ਼ਿਆਰਪੁਰ ਵਾਲੇ ਸੈਮੀਨਾਰ ਬਾਰੇ ਦੱਸੋ ਕਿ ਕੀ ਕੀ ਖਾਸ ਇਹਨਾਂ ਸੈਮੀਨਾਰਸ ਦੇ ਵਿੱਚ ਰਹਿਣ ਵਾਲਾ ਸੋ ਪਟਿਆਲੇ ਸਾਡਾ ਜਿਹੜਾ ਸੈਮੀਨਾਰ ਹੋਣ ਜਾ ਰਿਹਾ ਹੈ ਹੋਟਲ ਨਰਾਇਣ ਕੰਟੀਨੈਂਟਲ ਚ ਹੋਣ ਜਾ ਰਿਹਾ ਹੈ ਸੋ ਸੈਮੀਨਾਰ ਚ ਸੋ ਫਸਟ ਆਫ ਆਲ ਤਾਂ ਜਿੰਨੇ ਵੀ ਫਰੈਸ਼ ਕੇਸਿਸ ਹੋਣਗੇ ਉਹਨਾਂ ਤੋਂ ਕੋਈ ਵੀ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕੀਤੀ ਜਾਏਗੀ ਔਰ ਜਿਵੇਂ ਹੁਣ ਲੈਂਪਟਨ ਕਾਲਜ ਫਾਰ ਸਪਟੈਂਬਰ ਇਨਟੇਕ ਓਪਨ ਹੋ ਚੁੱਕਿਆ ਹੈ ਸੋ ਸਟੂਡੈਂਟਸ ਉਹਨਾਂ ਦਾ ਐਪਲੀਕੇਸ਼ਨ ਫੀ ਵੇਵਰ ਵੀ ਹੈਗਾ ਸੋ ਸਪਟੈਂਬਰ 23 ਹੀ ਲੈਂਪਟਨ ਕਾਲਜ ਓਪਨ ਹੋ ਚੁੱਕਿਆ ਐਪਲੀਕੇਸ਼ਨ ਫੀ ਵੇਵਰ ਹੈ ਉਹ ਵੀ ਤੁਹਾਨੂੰ ਦਿੱਤਾ ਜਾਏਗਾ ਯੂਨੀਵਰਸਿਟੀ ਕੈਨੇਡਾ ਵੈਸਟ ਦਾ ਵੀ ਐਪਲੀਕੇਸ਼ਨ ਫੀਸ ਵੇਵਰ ਹੈ ਉਹ ਵੀ ਤੁਹਾਨੂੰ ਦਿੱਤਾ ਜਾਏਗਾ ਔਰ ਜਿਹੜੇ ਜਿਹੜੇ ਕਾਲਜ ਦਾ ਐਪਲੀਕੇਸ਼ਨ ਫੀਸ ਵੇਵਰ ਹੈ ਉਹ ਸਟੂਡੈਂਟਸ ਨੂੰ ਪ੍ਰੋਵਾਈਡ किया जाएगा सैकंडलीलरशिप्स बारे आप जरूर डिसकस करा जिमें अलगोमा यूनीवर्सिटी बैचलर डिग्री पांच हज़ार डॉलर की स्कॉलरशिप दी है नब्बे परसेंट तो उत्ते और अस्सी प्रसेंट तो उत्ते जो स्कॉलरशिप मिलती है तो वो मिलती है ढाई हज़ार डॉलर की सत्तर प्रसेंट तो उत्ते वन थाउजेंड डॉलर की स्कॉलरशिप मिलती है और सिक्सटी परसेंट तो उत्ते तो पांच सौ डॉलर की स्कॉलरशिप मिलती है तो भी लैसते हो एंड सेम गोजको यूनीवर्सिटी कैनेडा वैसट वो भी स्कॉलरशिप्स देंदे ट्रेंट यूनीवरसिटी ब्रॉक सो जे किसी भी अपलाई करना चाहते हो तो स्कॉलरशिप्स का बेनीफिट तुम उठा ਕਦੇ ਹੋਰ ਜੇ ਮੈਂ ਗੱਲ ਕਰਾਂ ਤਾਂ ਕਾਲਜੇਸ ਦੀ ਅਵੇਲੇਬਿਲਟੀ ਬਹੁਤ ਟਾਈਟ ਹੈਗੀ ਹੈ ਸੋ ਸੈਮੀਨਾਰ ਇਹ ਕਰਨ ਦਾ ਤਾਂ ਹੀ ਮਕਸਦ ਹੈਗਾ ਕਿ ਜਿਹੜੇ ਬੱਚਿਆਂ ਨੇ ਹਾਲ ਤੱਕ ਅਪਲਾਈ ਨਹੀਂ ਕੀਤਾ ਹੋਰ ਪਟਿਆਲੇ ਤੋਂ ਬਿਲੋਂਗ ਕਰਦੇ ਹੋ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਆ ਤੁਸੀਂ ਉਸ ਸ਼ਹਿਰ ਦੇ ਵਿੱਚ ਆ ਕੇ ਕਈ ਵਾਰੀ ਲੋਕ ਮੋਹਾਲੀਆਂ ਨੀਅਰੈਸਟ ਆਫਿਸ ਨਹੀਂ ਜਾ ਸਕਦੇ ਕਿਉਂਕਿ ਪਟਿਆਲੇ ਹੁਸ਼ਿਆਰਪੁਰ ਸਾਡਾ ਆਫਿਸ ਨਹੀਂ ਹੈਗਾ ਸੋ ਤੁਸੀਂ ਸਾਡੇ ਸੈਮੀਨਾਰ ਦਾ ਹਿੱਸਾ ਬਣ ਕੇ ਸਹੀ ਗਾਈਡੈਂਸ ਲੈ ਕੇ ਆਪਣਾ ਕੇਸ ਅਪਲਾਈ ਕਰ ਸਕਦੇ ਹੋ ਸੋ ਸ਼ਨੀਵਾਰ ਔਰ ਸੰਡੇ ਪਟਿਆਲਾ ਔਰ ਖਸ਼ਿਆਰਪੁਰ ਇਹ ਦੋਨੇ ਜਗ੍ਹਾ ਤੇ ਸੈਮੀਨਾਰਸ ਨੇ ਲੈਂਡਮਾਰਕ ਇਮਿਗ੍ਰੇਸ਼ਨ ਦੇ ਜਿਹੜੇ ਸਾਰੇ ਅਫੀਸ਼ੀਅਲਸ ਨੇ ਉੱਥੇ ਅਵੇਲੇਬਲ ਰਹਿਣਗੇ ਔਰ ਤੁਸੀਂ ਆਪਣੀ ਫੈਮਿਲੀ ਦੇ ਨਾਲ ਉੱਥੇ ਆ ਸਕਦੇ ਹੋ ਸੋ ਸਕਾਲਰਸ਼ਿਪ ਔਰ ਖਾਸ ਤੌਰ ਤੇ ਜਿਹੜੇ ਨਵੇਂ ਕਾਲਜ ਜਿਵੇਂ ਲੈਂਪਟਨ ਕਾਲਜ ਦੀ ਵੀ ਗੱਲ ਕੀਤੀ ਜਸਮੀਤ ਜੀ ਨੇ ਇਹਨਾਂ ਕਾਲਜਸ ਦੇ ਵਿੱਚ ਵੀ ਤੁਸੀਂ ਐਡਮਿਸ਼ਨ ਦੇ ਲਈ ਉੱਥੇ ਪਹੁੰਚ ਸਕਦੇ ਹੋ 90413 90412 ਇਸ ਨੰਬਰ ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਔਰ ਫ੍ਰੀ ਐਂਟਰੀ ਹੈ ਸਾਰੇ ਸਟੂਡੈਂਟਸ ਦੇ ਲਈ ਸੋ 9 ਟੂ 5 ਤੁਸੀਂ ਆਰਾਮ ਦੇ ਨਾਲ ਇਸ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਇਸ ਨੰਬਰ ਤੇ ਟੈਲੀਫੋਨ ਕਰੋ ਤੁਸੀਂ ਲੋਕੇਸ਼ਨ ਦਾ ਲਿੰਕ ਵੀ ਹਾਸਲ ਕਰ ਸਕਦੇ ਹੋ ਔਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਟੈਲੀਫੋਨ ਨੰਬਰ ਔਰ ਬਾਕੀ ਡਿਟੇਲ ਹੈ ਜਿਹੜੀ ਇਸ ਸ਼ੋਅ ਦੀ ਅਸੀ ਅਵੇਲੇਬਲ ਕਰਾਈਆ ਥੈਂਕ ਯੂ ਸੋ ਮਚ ਧੰਨਵਾਦ